ਕਾਂਗਰਸੀ ਲੀਡਰ ਨਵਜੋਤ ਸਿੱਧੂ ਨਵੇਂ ਵਿਵਾਦ ਵਿੱਚ गिर ਗਏ ਨੇ ਅੱਜ ਸਿੱਖ ਯੂਥ ਪਾਵਰ ਆਫ ਪੰਜਾਬ ਨੇ ਸ਼੍ਰੀ ਕਲਤਖ ਸਾਹਿਬ ਦੇ ਸਕਤਰੇ ਤੇ ਵਿਖੇ ਪੱਤਰ ਦੇ ਕੇ ਸਿੱਧੂ ਖਿਲਾਫ ਸਿੱਖ ਪਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ੇਠ ਕਾਰਵਾਈ ਦੀ ਮੰਗ ਕੀਤੀ ਜਥੇਬੰਦੀ ਨੇ ਇਸ ਸੰਬੰਧੀ ਪੱਤਰ ਪੁਲਿਸ ਨੂੰ ਵੀ ਸੌਂਪਿਆ ਹੈ ਇਸ ਬਾਰੇ ਗੱਲ ਕਰ ਰਹੇ ਜਥੇਬੰਦੀ ਦੇ ਆਗੂ ਭਰਮਜੀਤ ਸਿੰਘ ਅਕਾਲੀ ਨੇ ਆਖਿਆ ਕਿ ਕਾਂਗਰਸੀ ਵਿਧਾਇਕ ਨਵਜੋਤ ਸਿੱਧੂ ਦੀ ਫੋਟੋ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਜਿਸ ਵਿੱਚ ਉਸ ਨੇ ਸ਼ਾਲ ਜਾਂ ਲੋਈ ਲਈ ਹੋਈ ਹੈ ਉਸ ਉੱਪਰ ਇੱਕ ਓੰਕਾਰ ਦੇ ਖੰਡੇ ਦੀ ਤਸਵੀਰ ਬਣੀ ਹੋਈ ਹੈ ਉਹਨੇ ਕਿਹਾ ਕਿ ਸ਼੍ਰ ਇੱਕ ਗੁਰਬਾਣੀ ਜਿਵੇਂ ਇੱਕ ਚਿੰਨਾਂ ਦੀ ਬਿਆਦ ਵੀ ਹੈ ਇਸ ਦੇ ਨਾਲ ਸਿੱਖ ਪਾਵਨ ਆਮ ਨੂੰ ਠੇਸ ਪੁੱਜੀ ਹੈ ਉਸ ਇਸ ਮਾਮਲੇ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲੋਂ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਇਸੇ ਤਰ੍ਹਾਂ ਇੱਕ ਮੰਗ ਪੱਤਰ ਪੁਲਿਸ ਦੇ ਡਿਪਟੀ ਕਮਿਸ਼ਨਰ ਨੂੰ ਵੀ ਸੌਂਪਿਆ ਗਿਆ ਹੈ ਉਸ ਵਿੱਚ ਸਿੱਧੂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ ਬਿਊਰੋ ਰਿਪੋਰਟ ਆਵਾਜ਼ੇ ਕਮ ਟੀਵੀ